ਹੈਲੋ, ਕੀ ਹਾਲ ਹੈ? ਠੀਕ ਠਾਕ ਤੇ ਨਹੀਂ ਨਾ? ਹਾਂਜੀ ਹਾਂਜੀ, ਮੈਂ ਰੈਡੀ ਹੋ ਗਿਆ, ਬਸ ਮੈਂ 5-10 ਮਿੰਟ ਦੇ ਵਿੱਚ ਤੁਹਾਡੇ ਕੋਲ ਨਹੀਂ, ਲਾ ਲਓ ਕਿ 15-20 ਮਿੰਟ ਦੇ ਵਿੱਚ ਜਿਹੜਾ ਨਾ ਤੁਹਾਡੇ ਕੋਲ ਆਪਣੇ ਮੁੰਡੇ ਨੂੰ ਸਕੂਲ ਛੱਡ ਕੇ ਨਾ, ਤੇ ਮੈਂ ਤੁਹਾਡੇ ਕੋਲ ਆ ਗਿਆ। ਲਵੋ ਜੀ ਜੀ, ਯੂ ਨੋ ਵਟਸ ਅਬਾਊਟ ਡੈਟ। ਹਾਂਜੀ, ਤੁਸੀਂ ਟੈਨਸ਼ਨ ਹੀ ਨਾ ਲਓ, ਕੇਸ ਸਾਡੇ ਹੱਥ 'ਚ, ਠੀਕ ਹੈ, ਕੇਸ ਸਾਡਾ, ਤੁਸੀਂ ਟੈਨਸ਼ਨ ਨਹੀਂ ਲੈਣੀ। ਹਾਂਜੀ ਹਾਂਜੀ, ਮਿਲੋ ਮਿਲੋ, ਤੁਸੀਂ ਕਿੱਥੇ ਹੋ ਵੈਸੇ? ਹਾਂਜੀ ਹਾਂਜੀ, ਅਸੀਂ ਵੀ ਕੋਰਟ 'ਚ। ਹਾਂਜੀ ਮਿਲੋ ਮਿਲੋ ਮਿਲੋ। 7 ਵੱਜ ਗਏ, ਹਜੇ ਤੱਕ ਨਹੀਂ ਉੱਠਿਆ ਬੇਟਾ ਜੀ। ਹੈਲੋ ਬੇਟਾ ਜੀ, ਪਾਪਾ ਜੀ ਜੀ ਯਾਰ, 7 ਵੱਜ ਗਏ ਨੂੰ, ਉੱਠੋ ਜਲਦੀ, ਆਪਣੇ ਸਕੂਲ ਜਾਣਾ, ਮੈਨੇ ਆਪਕੋ ਸਕੂਲ ਡ੍ਰੌਪ ਕਰਨਾ ਔਰ ਫਿਰ ਮੈਨੇ ਅੱਗੇ ਜੋ ਹੈ ਨਾ ਕੋਰਟ ਜਾਣਾ। ਚਲੋ ਮੈਂ ਜੋ ਹੈ ਨਾ 5-10 ਮਿੰਟ ਮੈਂ ਰੈਡੀ ਹੋ ਗਿਆ ਆ। ਲੋ ਬਸ ਸ਼ਾਬਾਸ਼, ਮਿੰਟ ਲਾ ਮੇਰਾ ਪੁੱਤਰ। ਇੱਕ ਸਵੇਰੇ ਸਵੇਰੇ ਮੱਝ ਨਹੀਂ ਚੋਈ, ਉੱਤੂ ਹੈ ਜੇ ਮੰਜੇ ਨੂੰ ਲੱਗਿਆ, ਉੱਤੂ ਟਾਈਮ 7 ਵਜੇ ਦਾ ਹੋ ਗਿਆ। ਮੈਨੂੰ ਤੇ ਆਹ ਨਹੀਂ ਸਮਝ ਆਉਂਦੀ, ਐਦੀ ਮਾਂ ਇਹਨੂੰ ਜੰਮਣ ਨਾਲ ਉੱਤੇ ਇੱਕ ਪੱਥਰ ਜੰਮ ਜਾਂਦੀ ਜਿਹਨੂੰ ਮੈਂ ਰੋਜ਼ ਠੋਕਰ ਤੇ ਮਾਰ ਸਕਦਾ। ਲੋਕਾਂ ਦੇ ਜਾਣੇ ਤਿਆਰ ਹੋ ਕੇ ਸਕੂਲ ਨੂੰ ਪੁੱਜਣ, ਇਹ ਜੇ ਮੰਜੇ ਨੂੰ ਲੱਗਾ, ਸ਼ਾਬਾ ਵੇ ਸ਼ਾਬਾ ਤੇਰੇ। ਕੀ ਗੱਲ ਏ, ਅੱਜ ਉੱਠਣ ਦੀ ਨੀ ਸਲਾਹ ਹੈ? ਡੈਡੀ ਤੁਸੀਂ ਕੀ ਸਵੇਰੇ ਸਵੇਰੇ ਮੇਰੇ ਸਿਰ ਉੱਤੇ ਚੜ੍ਹ ਕੇ ਖਲੋਤੇ ਹੋ, ਜਿਵੇਂ ਕਿ ਚੋਰ ਡਾਕੂ ਮੈਨੂੰ ਲੁੱਟਣ ਆਇਆ ਹੁੰਦਾ? ਤੂੰ ਟਾਈਮ ਵੇਖ ਕੀ ਹੋ ਗਿਆ, ਲੋਕਾਂ ਦੇ ਜਾਣੇ ਸਕੂਲਾਂ ਨੂੰ ਗਏ ਨੇ, ਤੂੰ ਹੋਈਏ ਮੰਜੇ ਨੂੰ ਲੱਗਿਆ, ਨਸਾਲੀ ਨਲਾਇਕ ਉਲਾਦ ਨਾ ਮਜ਼ਾ ਨਾ ਸਵਾਦ। ਹਵਾਸ਼ੇ ਡੈਡੀ, ਤੁਹਾਨੂੰ ਮੈਂ ਕਿਹਾ ਮੈਨੂੰ 10 ਵਜੇ ਤੋਂ ਪਹਿਲੇ ਨਾਮ ਉਠਾਇਆ ਕਰੋ, ਮੇਰੇ ਸੁਪਨੇ ਬਹੁਤ ਵੱਡੇ ਨੇ। ਮੇਰੇ ਸੁਪਨੇ ਦੇ ਵਿੱਚ ਕਰੀਨਾ ਕਪੂਰ ਆਉਂਦੀ ਹੈ, ਕਰੀਨਾ ਕਪੂਰ ਦੇ ਨਾਲ ਜਿਹੜਾ ਨਾ ਮੈਂ ਬਹੁਤ ਜ਼ਿਆਦਾ ਦੂਰ ਤੱਕ ਘੁੰਮਣ ਫਿਰਨ ਵਾਸਤੇ ਜਾਂਦਾ, ਤਾਂ ਅਸੀਂ ਮੈਨੂੰ ਬਹੁਤਾ ਸੋਨ ਦਿਆ ਕਰੋ ਤਾਂ ਕਿ ਮੈਂ ਵੱਡੇ ਵੱਡੇ ਸੁਪਨੇ ਵੇਖਾਂ ਅਤੇ ਵੱਡਾ ਵੱਡਾ ਕਰੀਨਾ ਕਪੂਰ ਦੇ ਨਾਲ ਫਿਰ ਸਕਾਂ। ਲੋਕਾਂ ਦੇ ਪੁੱਤ ਸਵੇਰੇ ਸਵੇਰੇ 5-20 ਉੱਠ ਕੇ ਆਉਂਦੇ ਨੇ, ਉੱਠ ਕੇ ਜਾ ਕੇ ਡੰਗਰਾਂ ਨੂੰ ਪੱਠੇ ਛੱਠੇ ਪਾਉਂਦੇ ਨੇ, ਧਾਰ ਛਾਰ ਕੱਢਦੇ ਨੇ, ਆਪਣੇ ਪਿਓ ਦਾ ਹੱਥ ਵਢਾਉਂਦੇ ਨੇ। ਇੱਕ ਸਾਲੀ ਮੇਰੀ ਔਲਾਦ ਹੈ, ਉਹ 10-20 ਸੁੱਤੀ ਉੱਠਦੀ ਹੈ, ਮੈਂ ਸੁਪਨੇ ਦੇ ਵਿੱਚ ਕਰੀਨਾ ਕਪੂਰ ਨੂੰ ਵੇਖ ਰਿਹਾ। ਕਰੀਨਾ ਕਪੂਰ ਤੇਰੀ ਮਾਸੀ ਦੀ ਕੁੜੀ ਹੈ ਜਿਹਨੇ ਤੈਨੂੰ ਲੱਭ ਜਾਣਾ, ਮੈਂ ਸੁਪਨੇ ਦੇ ਵਿੱਚ ਕਰੀਨਾ ਕਪੂਰ ਨੂੰ ਵੇਖਣਾ, ਮੈਂ ਸੁਪਨੇ ਦੇ ਵਿੱਚ ਇਹਨੂੰ ਵੇਖਣਾ। ਉੱਠ, ਮਤੇ ਸੁਪਨੇ ਦੇ ਵਿੱਚ ਤੈਨੂੰ ਕਿਸੇ ਦਿਨ ਆ ਕੇ ਮੈਂ ਡਾਂਗਾ ਹੀ ਨਾ ਫੇਰਾਂ। ਡੈਡੀ, ਲੋਕਾਂ ਦੇ ਜਾਣੇ ਜਿਹੜੇ ਨੇ ਉਹ ਫਿਰ ਆਪਣੇ ਪਿਓ ਦਾ ਹੱਥ ਕੀ ਮਸ਼ੀਨ ਦੇ ਵਿੱਚ ਡੇਕ ਵਢਾਉਂਦੇ ਨੇ, ਜਾਂਦੇ ਤਾਂ ਤੁਹਾਡਾ ਹੱਥ ਮਸ਼ੀਨ 'ਚ ਦਿੰਦੇ ਆ, ਤੁਸੀਂ ਵੀ ਆਪਣਾ ਹੱਥ ਵੱਢ ਲਓ। ਅਸੀਂ ਵੀ ਕਹਾਂਗੇ ਜੀ ਅਸੀਂ ਆਪਣੇ ਪਿਓ ਦਾ ਹੱਥ ਵਧਾਉਂਦੇ ਹਾਂ, ਫਿਰ ਉਹਦਾ ਹੱਥ ਹੀ ਵੱਢ ਕੱਤਾ। ਡੈਡੀ, ਸੁਬਹਾ ਸੁਬਹਾ ਥੋੜ੍ਹਾ ਪਿਆਰ ਦੇ ਨਾਲ ਕੋ, ਥੋੜ੍ਹੀ ਪਿਆਰ ਵਾਲੀ ਫੀਲਿੰਗ ਆਊ ਤਾਂ ਪਿਆਰ ਦੇ ਨਾਲ ਕੋ। ਉੱਠੋ ਮੇਰੇ ਪਿਆਰੇ ਬੱਚੇ, ਸੋਨੇ ਮੂਨੇ, ਗੁਗਲੇ ਮੁਗਲੇ, ਮੇਰੇ ਰਾਜਕੁਮਾਰ ਚਾਂਦਕਾ ਟੋਟਾ, ਉੱਠ ਉੱਠ ਕੇ ਮੂੰਹ ਹੱਥ ਧੋ, ਨਾ ਧੋ ਨਾ ਧੋ ਕੇ ਸਕੂਲ ਜਾ, ਸਟੱਡੀ ਕਰ, ਪੜ੍ਹਾਈ ਕਰ। ਜੇ ਤੁਸੀਂ ਮੈਨੂੰ ਅੱਜ ਗੁੱਸੇ ਦੇ ਵਿੱਚ ਕਹੋਗੇ ਤਾਂ ਮੈਂ ਤਾਂ ਨਹੀਂ ਉੱਠਣਾ, ਮੈਂ ਤਾਂ ਲਗਾਵਾਂ ਸੋਨ ਕਰੀਨਾ ਕਪੂਰ ਨੂੰ ਵੇਖ ਕੇ। ਅੱਛਾ ਬੇਟੇ, ਚੱਲ ਤੈਨੂੰ ਪਿਆਰ ਨਾਲ ਕਹਿ ਦਿੰਦੇ ਹਾਂ, ਉੱਠ ਮੇਰਾ ਬੱਚਾ, ਉੱਠ ਕੇ ਅਤੇ ਸਕੂਲ ਚੱਲ, ਇਹ ਕਰੀਨਾ ਕਪੂਰ ਦੇ ਖਵਾਬ ਵੇਖਣਾ ਨਾ ਛੱਡ ਦੇ, ਠੀਕ ਹੈ? ਇਹ ਨਾ ਹੋਏ ਕੇਵਲ ਮੈਂ ਡਾਂਗ ਫੜਾਂ ਤੇ ਆਇਆ ਸੀ, ਫਿਰ ਆਇਆ ਸੀ ਫਿਰਾਂ ਕਿ ਨਾ ਤੂੰ ਸੌਣ ਜੋਗਾ ਰਹੇ ਅਤੇ ਨਾ ਜਾਗਣ ਜੋਗਾ ਰਹੇ, ਨਾ ਤੂੰ ਲੰਮਿਆਂ ਪੈਣ ਜੋਗਾ ਰਹੇ ਅਤੇ ਨਾ ਤੂੰ ਬਹਿਣ ਜੋਗਾ ਰਹੇ। ਡੈਡੀ, ਵੈਸੇ ਆਪਸ ਦੀ ਗੱਲ ਹੈ, ਸਵੇਰੇ ਸਵੇਰੇ ਕਿੱਦਾਂ ਗੁੱਸਾ ਮੇਰੇ ਤੇ ਕੱਢੀ ਜਾਂਦੇ ਹੋ ਕਿ ਕਿਤੇ ਮਾਂ ਭਾਰਾ ਸਾਡੇ ਘਰ ਸਵੇਰੇ ਸਵੇਰੇ ਲੱਗ ਗਈ ਹੈ, ਕਿਹਨੂੰ ਬਾਹਰ ਵੇਖ ਕੇ ਆਏ ਹੋ ਇੰਜ ਲੜਦੇ, ਜਿਹੜਾ ਸਵੇਰੇ ਸਵੇਰੇ ਆ ਕੇ ਸਾਰਾ ਗੁੱਸਾ ਮੇਰੇ ਤੇ ਕਿਤੇ ਲੱਗ ਗਿਆ? ਤੁਹਾਡੇ ਪੁੱਤ ਦਾ ਕਸੂਰ ਇੰਨਾ ਕਿ ਉਹਦੇ ਸੁਪਨੇ ਨੇ ਵੱਡੇ ਜੇ ਤਾਂ ਅਸੀਂ ਵੱਡੇ ਸੁਪਨੇ ਵੇਖਣ ਵਾਸਤੇ ਉਹਨੂੰ ਥੋੜ੍ਹਾ ਪੁੱਤਾ ਚਿਰ ਸੌਣਾ ਪੈਂਦਾ, ਅਤੇ ਤਾਂ ਅਸੀਂ ਮੈਨੂੰ ਜਿਹੜਾ ਨਾ ਆਰਾਮ ਦੇ ਨਾਲ ਸੌਂਦੇ ਹੋ, ਤੁਸੀਂ ਜਾ ਕੇ ਕਰੋ ਜੋ ਕਰਨਾ ਅਤੇ ਹੁਣ ਮੈਨੂੰ ਡਿਸਟਰਬ ਨਹੀਂ ਕਰਨਾ ਬਸ, ਠੀਕ ਹੈ? ਬਾਕੀ ਮਿਲਨੇ ਆ ਡੈਡੀ ਦੁਪਹਿਰ ਦੇ ਟਾਈਮ। ਸਾਲੀ ਸ਼ਰਮ ਆਉਂਦੀ ਆ ਆਪਣੇ ਆਪ 'ਤੇ, ਉਹ ਸਾਲੀ ਇਹੋ ਜਿਹੀ ਗੰਦੀ ਔਲਾਦ ਜਿਹਦਾ ਨਾ ਮਜ਼ਾ ਨਾ ਸਵਾਦ। ਯਾਰ ਇੰਨਾ ਟਾਈਮ ਹੋ ਗਿਆ, ਅਜੇ ਤੱਕ ਰੈਡੀ ਨਹੀਂ ਹੋ ਗਿਆ। ਬੱਚੇ ਆ ਜਾਓ, 8 ਵੱਜਣੇ ਵਾਲੇ ਆ, ਆਪਕੋ ਸਕੂਲ ਡ੍ਰੌਪ ਕਰਨਾ, ਫਿਰ ਮੈਨੇ ਆਫਿਸ ਵੀ ਜਾਣਾ। ਲਓ ਪਾਪਾ ਜੀ, ਆ ਗਿਆ ਮੈਂ ਰੈਡੀ ਹੋ ਕੇ। ਓ ਆ ਗਿਆ ਮੇਰਾ ਬੱਚਾ ਰੈਡੀ ਹੋ ਕੇ, ਠੀਕ ਹੈ ਠੀਕ ਹੈ ਠੀਕ ਹੈ। ਢਿੱਲੋ ਨੇ ਵੀ ਕਾਲਾ ਕੋਟ ਐਵੇਂ ਨਹੀਂ ਪਾਇਆ, ਹੋਰ ਕੋਈ ਕਲਰ ਨਹੀਂ ਥਾ ਤਾਂ ਪਾਇਆ, ਛੱਡੂ ਹੈ ਕੰਧ ਥੱਲੇ।
नले बेटा आपके प्रिंसिपल का मुझे फोन आया था, कल आपने स्कूल में झगड़ा किया है। जी पापा जी, वो बात उसने ना मुझे एक गाली दी थी, तो फिर मुझे जो है ना गुस्सा चढ़ गया, तो मैंने उसको घुसुंडे मार कटे थे। नहीं बहुत अच्छा किया है, सिर सुर पाड़ना ही यार, उधर टेंशन कोई नहीं, आखिरकार प्यो तेरा वकील है, जे कोई केस कुस हुंदा ते अही जेड़ा ना हल कर लेना, टेंशन नहीं है, क्योंकि ढिलो ने काला कोट एवे नहीं पाया, और कोई रंग है नहीं सी ता पाया। ਡੂ ਸਾਲ ਦੇ ਕੰਨਾ ਦੇ ਇੱਕ, ਚੱਲ ਤਿੱਤਰ ਹੋ ਚੱਲੀਏ ਸਕੂਲ। ਗੱਲ ਮੁੱਕਦੀ ਮੁੱਕਦੀ ਮੁੱਕ ਜਾਂਦੀ। ਓ ਡੈਡੀ ਕਿੱਡੀ ਮਾਸ਼ਾਅੱਲਾ ਬਸੂੜੀ ਆਵਾਜ਼ ਹੈ ਤੁਹਾਡੀ। ਚਾਰ ਜਮਾਤਾਂ ਪੜ ਜਾਏਗਾ ਤੇ ਚੰਗੀ ਨੌਕਰੀ ਲੱਗ ਜਾਏਗੀ ਯਾਰ। ਡੈਡੀ ਮੈਂ ਪਹਿਲਾ ਵਾਹਤ ਮੁੰਡਾ ਜਿਹੜਾ ਆਪਣੇ ਖਾਨਦਾਨ ਦੇ ਵਿੱਚੋਂ ਦਸਵੀਂ ਪਾਸ ਆ, ਬਾਕੀ ਸਾਡੀਆਂ 7 ਪੀੜੀਆਂ ਗਿਣ ਕੇ ਵੇਖ ਲੋ, ਕਿਸੇ ਨੇ ਅੱਜ ਤੱਕ 10 ਨਹੀਂ ਕੀਤੀਆਂ, ਤੁਹਾਡੇ ਮੁੰਡੇ ਨੇ ਟਾਪ ਕੀਤਾ, 10 ਕਰ ਲਈਆਂ ਨੇ, ਹੁਣ ਇੱਥੇ ਬਸ। ਮੇਰਾ ਪੁੱਤ ਅਜੇ ਵੀ ਟਾਈਮ ਹੈ ਜੀ, ਪੜ੍ਹ ਲਿਖ ਜਾ, ਪੜ੍ਹ ਲਿਖ ਕੇ ਕੁਛ ਬਣ ਜਾ, ਕੋਈ ਚੰਗੀ ਨੌਕਰੀ ਲੱਗ ਜਾਏਗੀ ਤੇ ਤੇਰਾ ਵਿਆਹ ਹੋ ਜਾਏਗਾ। ਡੈਡੀ ਬਹੁਤਾ ਪੜ੍ਹ ਲਿਖ ਕੇ ਵੀ ਆਹ ਕੀ ਕਰਨਾ, ਪੜ੍ਹ ਲਿਖ ਕੇ ਵੀ ਕੰਮ ਹੀ ਕਰਨਾ, ਇੰਝ ਵੀ ਜਿਹੜਾ ਨਾ ਅਸੀਂ ਕੰਮ ਹੀ ਕਰਨਾ, ਤੇ ਕੰਮ ਕਰਨ ਤੋਂ ਚੰਗਾ ਸੁਪਨੇ ਵੇਖੋ, ਠੀਕ ਹੈ, ਤੇ ਬਾਹਰ ਦੀ ਕੁੜੀ ਫਸਾਓ, ਬਾਹਰ ਜਾਓ, ਉੱਥੇ ਜਾ ਕੇ ਵਿਆਹ ਕਰੋ, ਫਿਰ ਹੋ ਸਕਦਾ ਸਾਨੂੰ ਕਰੀਨਾ ਕਪੂਰ ਵੀ ਲੱਭ ਜੇ। ਕੀ ਤੂੰ ਹਰ ਟਾਈਮ ਕਰੀਨਾ ਕਪੂਰ ਲਾਇਆ ਹੁੰਦਾ ਹੈ, ਤੂੰ ਚਾਰ ਜਮਾਤਾਂ ਪੜ੍ਹੇਗਾ ਤੇ ਪੁੱਤਰ ਕਿਸੇ ਨੇ ਤੈਨੂੰ ਕੁੜੀ ਦੇਣੀ ਹੈ, ਤੈਨੂੰ ਕੁੜੀ ਵੀ ਕਿਸੇ ਨੇ ਦੇਣੀ ਹੈ, ਮੇਰੀ ਗੱਲ ਯਾਦ ਰੱਖੀ। ਬਾਕੀ ਯੂਨੀਵਰਸਿਬਲ ਡੈਡ ਡੈਡੀ, ਪੁੱਤ ਤੁਹਾਡਾ ਥੋੜ੍ਹਾ ਬਹੁਤਾ ਸੋਹਣਾ ਤੇ ਆਇਆ, ਤੇ ਜੇ ਮੈਨੂੰ ਵੀ ਬਾਹਰ ਦੀ ਕੁੜੀ ਲੱਭ ਗਈ ਤੇ ਮੈਂ ਉੱਥੇ ਜਾ ਕੇ ਵਿਆਹ ਕਰ ਲੈਣਾ, ਤੇ ਫਿਰ ਮੈਂ ਇੱਥੋਂ ਟੁੱਟ ਜਾਣਾ, ਤੇ ਫਿਰ ਹੋ ਸਕਦਾ ਮੈਂ ਤੁਹਾਨੂੰ ਵੀ ਭੁੱਲ ਹੀ ਜਾਵਾਂ। ਤੂੰ ਇਸ ਦੇ ਪਿਓ ਨੂੰ ਭੁੱਲ ਜਾਏਗਾ ਜਿਹਨੇ ਉਂਗਲੀ ਫੜ ਕੇ ਤੈਨੂੰ ਟੁਰਨਾ ਸਿਖਾਇਆ। ਵੈਸੇ ਡੈਡੀ ਸਾਰੇ ਡੈਡੀ ਉਂਗਲੀ ਫੜ ਕੇ ਟੁਰਨਾ ਸਿਖਾਉਂਦੇ ਨੇ, ਕੋਈ ਗਰਦਨ ਫੜ ਕੇ ਵੀ ਟੁਰਨਾ ਸਿਖਾਉਂਦਾ? ਨਹੀਂ, ਜਾ ਮੇਰੀਆਂ ਨਜ਼ਰਾਂ ਤੋਂ ਦੂਰ ਹੋਈ ਆ ਸਾਲੀ, ਕੰਦੀ ਔਲਾਦ, ਨਾ ਮਜ਼ਾ ਨਾ ਸਵਾਦ। ਚੱਲਾਂ ਮੈਂ ਸਕੂਲ, ਟੈਂਸ਼ਨ ਨਾ ਲਓ, 12:20 ਘਰ ਹੀ ਤੁਹਾਨੂੰ ਮਿਲਾਂਗਾ।